ਵਿਨਾ ਵਰਮਾ ਦੀ ਕਹਾਣੀ ਜਿਵੇਂ ਗੋਰੀ ਹੁੰਦੀ ਦਾ ਪਾਕੀ ਦਾ ਹਿੱਸਾ ਖੈਰ ਜ਼ਿੰਦਗੀ ਜਿਵੇਂ ਤੇਵੇਂ ਚੱਲ ਰਹੀ ਸੀ ਅਚਾਨਕ ਮੈਂ ਗਰਭਵਤੀ ਹੋ ਗਈ ਮੇਰੀ ਸੱਸ ਨੂੰ ਪਤਾ ਲੱਗਾ ਤਾਂ ਜਿਵੇਂ ਉਹਦੇ ਹੱਥ ਪੈਰ ਫੁੱਲ ਗਏ ਨੀ ਓਮ ਸਖੀ ਤੂੰ 10 ਦਿਨਾਂ ਦੇ ਅੰਦਰ ਸੁਚਾ ਮੁੱਤੀ ਖਾ ਲਈ ਨਿਰਨੇ ਕਾਲਜੇ ਦੁੱਧ ਨਾਲ ਸ਼ਰਤਾਂ ਮੁੰਡਾ ਹੋਊਗਾ ਤੇਰੇ ਇੱਕ ਮੋਰ ਦਾ ਖੰਭ ਖਾ ਲਈ ਤੜਕੇ ਤੜਕੇ ਬਸ ਫੇਰ ਤਾਂ ਚੂਨੇ ਚ ਟਾਲੀ ਗੱਲ ਆ ਮੁੰਡਾ ਹੀ ਜੰਮੂ ਮੇਰੀ ਸੱਸ ਨੇ ਮੈਨੂੰ ਨਸੀਹਤ ਦਿੱਤੀ ਪਰ ਮੈਂ ਉਹਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਉਹ ਮੈਨੂੰ ਮੁੰਡਾ ਹੋਣ ਦੀ ਜਿਹੜੀ ਵੀ ਦਵਾਈ ਦਿੰਦੀ ਮੈਂ ਟਾਇਲਟ ਸੁੱਟ ਦਿੰਦੀ। 9 ਮਹੀਨਿਆਂ ਬਾਅਦ ਜਦੋਂ ਮੇਰੇ ਕੁੜੀ ਜੰਮੀ ਤਾਂ ਮੇਰੀ ਸੱਸ ਨੂੰ ਲੱਗਿਆ ਜਿਵੇਂ ਬਹੁਤ ਵੱਡੀ ਬਾਜ਼ੀ ਹਾਰ ਗਈ ਹੋਵੇ। ਉਹਦੇ ਸਾਰੇ ਫਾਰਮੂਲੇ ਫੇਲ ਹੋ ਗਏ ਸੀ। ਗੱਲ ਗਲਤ ਇਹ ਮੇਰੀ ਧੀ ਨੂੰ ਤਰਸਕਾਰਦੀ ਮੈਂ ਆਪਣੀ ਧੀ ਨੂੰ ਆਪਣਾ ਦੁੱਧ ਪਲਾਉਂਦੀ ਤਾਂ ਉਹਦੇ ਅੱਗ ਲੱਗ ਜਾਂਦੀ। ਕੁੜੀ ਨੂੰ ਦੁੱਧ ਕਿਉਂ ਪਲਾਉਂਦੀ ਐ? ਇਹਨੇ ਕਿ ਹਲਵਾ ਆਣਾ ਵੱਡੀ ਹੋ ਕੇ। ਘੱਟ ਖਾਣ ਪੀਣ ਨੂੰ ਦਿਆ ਕਰ ਇਹਨੂੰ। ਛੇਤੀ ਜਵਾਨ ਹੋ ਜਾਊਗੀ। ਨਾਲੇ ਦੂਜੇ ਜਾਪੇ ਵੇਲੇ ਧਿਆਨ ਰੱਖੇ। ਇਹਨਾਂ ਕੁੜਾ ਕੁੜਾ ਜੰਮਦੀ ਕਿਤੇ ਟਾਈਮ ਸਿਰ ਗੋਲੀ ਖਾ ਲਈ ਮੁੰਡਾ ਹੋਣ ਦੀ ਇਸ ਵਾਰੀ ਰੱਬ ਜ਼ਰੂਰ ਸੁਣੂਗਾ ਮੈਂ ਕਹੂੰਗੀ ਰੱਬ ਨੂੰ ਵੀ ਮੇਰੇ ਪੁੱਤ ਦੇ ਘਰ ਪੋਤੀ ਹੋਵੇ ਰੱਬ ਮੇਰੀ ਗੱਲ ਜ਼ਰੂਰ ਮੰਨੂਗਾ ਉਹ ਸੜ ਭੁੱਜ ਕੇ ਜਲ ਕੁਕੜੀ ਬਣੀ ਪਈ ਸੀ ਕਿਉਂ ਰੱਬ ਤੇਰਾ ਸੈਕਟਰੀ ਲੱਗਿਆ ਮੈਂ ਗੁੱਸੇ ਛੋਲੀ ਜੀ ਕੇ ਪਰ ਬੁੜੀ ਦੇ ਬੋਲੇ ਕੰਨਾਂ ਤੱਕ ਮੇਰੀ ਆਵਾਜ਼ ਨਹੀਂ ਪਹੁੰਚੀ ਪਤਾ ਨਹੀਂ ਬੁੜੀ ਦੀਆਂ ਦੁਆਵਾਂ ਸੰਨ ਪੋਤੇ ਦਾ ਮੂੰਹ ਦੇਖਣ ਲਈ ਆ ਫਿਰ ਕੁਦਰਤ ਦਾ ਹੀ ਕੋਈ ਚੱਕਰ ਸੀ ਮੇ cheat ਹੀ ਫਿਰ ਗਰਭਤੀ ਹੋ ਗਈ ਇਹ ਸਵਾਰ ਵੀ ਬੁੜੀ ਨੇ ਮੁੰਡਾ ਹੋਣ ਦੀਆਂ ਪੂਰੀਆਂ ਸਕੀਮਾਂ ਲੜਾਈਆਂ ਥਾਂ ਥਾਂ ਤੋਂ ਨੁਸਖੇ ਲਿਆ ਕੇ ਦਿੱਤੇ ਮੈਨੂੰ ਪਰ ਮੈਂ ਉਹਨਾਂ ਚੋਂ ਇੱਕ ਵੀ ਨਹੀਂ ਵਰਤੇ ਮੈਂ ਦਿਲੋਂ ਚਾਹੁੰਦੀ ਸੀ ਕਿ ਮੇਰੇ ਫਿਰ ਧੀ ਜੰਮੇ ਇਹ ਜਿਹੜੇ ਧੀਆ ਨੂੰ ਨਫ਼ਰਤ ਕਰਦੇ ਨੇ ਰੱਬ ਇਹਨਾਂ ਦਾ ਨੱਕ ਭੰਨੇ ਪਰ ਕੁਦਰਤ ਮੂਰੇ ਕਿਹਦੀ ਚੱਲਦੀ ਹੈ ਇਹ ਸਵਾਰ ਮੇਰੇ ਮੁੰਡਾ ਹੀ ਹੋਇਆ ਮੇਰੇ ਸਹੁਰਿਆਂ ਦਾ ਤਾਂ ਚਾਹ ਨਾ ਚੁੱਕਿਆ ਗਿਆ ਮੁੰਡਾ ਹੋਣ ਦੀ ਖੁਸ਼ੀ 'ਚ ਰੋਜ਼ ਕੋਈ ਨਾ ਕੋਈ ਤਿਹਾਰ ਮਨਾਇਆ ਜਾਂਦਾ ਮੇਰਾ ਪਤੀ ਵਾਰ-ਵਾਰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਸੱਦ ਕੇ ਪਾਰਟੀਆਂ ਦਿੰਦਾ। ਖੂਬ ਸ਼ਰਾਬ ਤੇ ਮੀਟ ਉਡਾਇਆ ਜਾਂਦਾ ਜਿਵੇਂ ਸਾਰੇ ਟੱਬਰ ਦੀ ਕੋਈ ਸਾਂਝੀ ਲਾਟਰੀ ਨਿਕਲੀ ਹੋਵੇ। ਸਾਲ ਭਰ ਤਾਂ ਇਹੀ ਡਰਾਮੇ ਚੱਲਦੇ ਰਹੇ। ਫਿਰ ਹੌਲੀ-ਹੌਲੀ ਉਹਨਾਂ ਦਾ ਉਤਸ਼ਾਹ ਠੰਡਾ ਪੈਣ ਲੱਗਾ। ਹੁਣ ਉਹਨਾਂ ਲਈ ਮੁੰਡੇ ਕੁੜੀ ਦਾ ਕੋਈ ਫਰਕ ਨਹੀਂ ਰਿਹਾ ਸੀ। ਦੋਵੇਂ ਬੱਚਿਆਂ ਨਾਲ ਉਹ ਵੀ ਦੁਰਵਿਹਾਰ ਕੀਤਾ ਜਾਂਦਾ ਜੋ ਉਹਨਾਂ ਦੀ ਮਾਂ ਨਾਲ ਹੁੰਦਾ ਸੀ। ਉਹੀ ਮਾਰਕੁੱਟ ਤੇ ਗਾਲੀ-ਗਲੋਚ ਜੋ ਮੈਂ ਸਹਿਣ ਦੀ ਆਦੀ ਹੋ ਚੁੱਕੀ ਸੀ ਹੁਣ ਮੇਰੀ ਔਲਾਦ ਵੀ ਭੁਗਤ ਰਹੀ ਸੀ ਨਾ ਮੇਰੇ ਕਿਸੇ ਦੁੱਖ ਦਾ ਅਹਿਸਾਸ ਸੀ ਤੇ ਨਾ ਉਹਨਾਂ ਨੂੰ ਤੇ ਨਾ ਮੇਰੀ ਖੁਸ਼ੀ ਦਾ ਕੋਈ ਮੁੱਲ ਸੀ ਮੇਰਾ ਪਿਓ ਅਚਾਨਕ ਚਲ ਵਸਿਆ ਸੀ ਇੰਡੀਆ ਚ ਮੈਂ ਬਹੁਤ ਰੋਈ ਕੰਧਾਂ ਨਾਲ ਲਾ ਕੇ ਪਰ ਕਿਸੇ ਨੇ ਮੈਨੂੰ ਗਲ ਨਹੀਂ ਲਾਇਆ ਮੇਰੀ ਸੱਸ ਦਾ ਮੂੰਹ ਫਟ ਜੇ ਜਿਉਂਨੇ ਇੱਕ ਵਾਰੀ ਵੀ ਮੇਰੇ ਪਿਓ ਦੀ ਮਰਗ ਤੇ ਅਫਸੋਸ ਜਤਾਇਆ ਹੋਵੇ ਮੈਂ ਇੰਡੀਆ ਜਾਣਾ ਚਾਹੁੰਦੀ ਸੀ ਪਰ ਪੂਰਾ ਟੱਬਰ ਮੇਰੀ ਰਾਹ ਰੋਕੀ ਖੜਾ ਸੀ ਕਈ ਦਿਨ ਮੈਂ ਇਕੱਲੀ ਬੈਠੀ ਆਪਣੇ ਕਮਰੇ 'ਚ ਰੋਂਦੀ ਰਹੀ ਤੇਰਾ ਪਿਓ ਮਰਿਆ ਕਿ ਰਾਸ਼ਟਰਪਤੀ ਮਰ ਗਿਆ ਕਿਸੇ ਮੁਲਕ ਦਾ ਕਿੰਨੇ ਮਹੀਨੇ ਅਫਸੋਸ ਮਨਾਉਣਗੇ ਉਸ ਬੁੜੇ ਦਾ ਜੇ ਕਹੇ ਤਾਂ ਝੰਡਾ ਲਿਆ ਦੇਵਾਂ ਛੱਤ ਤੇ ਟੰਗ ਦੇ ਅੱਧਾ ਝੁਕਾ ਕੇ ਤਾਂ ਕਿ ਪੂਰੀ ਕੰਟਰੀ ਤੇਰੇ ਪਿਓ ਦਾ ਨੈਸ਼ਨਲ ਸੋਗ ਮਨਾਵੇ ਮੇਰਾ ਪਤੀ ਇੱਕ ਦਿਨ ਮੇਰੇ ਤੇ ਵਰਸਿਆ ਮੇਰੀ ਕਦਰ ਤਾਂ ਨਹੀਂ ਕੀਤੀ ਤੂੰ ਕਦੇ ਪਰ ਘੱਟੋ ਘੱਟ ਆਪਣੇ ਸਹੁਰੇ ਬਾਰੇ ਤਾਂ ਇੱਜ਼ਤ ਨਾਲ ਬੋਲ ਤੇਰੀ ਪਿਓ ਵਰਗਾ ਸੀ ਉਹ ਪਤਾ ਨਹੀਂ ਮੇਰੇ ਮੂੰਹੋਂ ਕਿਵੇਂ ਨਿਕਲ ਗਿਆ ਸਾਲੀਏ ਜ਼बान ਲੜਾਉਣੀ ਆ ਤੂੰ ਮੇਰੇ ਨਾਲ ਦੁੱਕੀ ਦੀ ਜਨਾਨੀ ਕਿਵੇਂ ਚਬਰ-ਚਬਰ ਬੋਲਦੀ ਐ ਮੈਂ ਸੋਚਿਆ ਕੀ ਕਹਿਣਾ ਤੀਵੀਂ ਜਾਤ ਨੂੰ ਔਰ ਤੂੰ ਸਿਰ ਤੇ ਹੀ ਚੜਦੀ ਜਾਨੀ ਤੈਨੂੰ ਮਿੰਟ 'ਚ ਥੱਲੇ ਲਾ ਦੂੰਗਾ ਮੈਂ ਜ਼ਿਆਦਾ ਬਗਿਹੜੀ ਨਾ ਬਣੀ ਮੇਰੇ ਸਾਹਮਣੇ ਹੁਣੇ ਮੇਰੇ ਵਾਲ ਫੜ ਕੇ ਖਿੱਚੇ ਮੈਂ ਬਗਿਹੜੀ ਕਿੱਥੇ ਐ ਮੈਂ ਤਾਂ ਇੱਕ ਗਊ ਆ ਜੋ ਇੱਕ ਬਾੜੇ 'ਚ ਦੂਜੇ ਬਾੜੇ 'ਚ ਪਹੁੰਚ ਗਈ ਕਹਿੰਦੇ ਹੋਏ ਮੈਂ ਰੋਪਈ ਜੇ ਤੂੰ ਗਊ ਐ ਤਾਂ ਮੈਂ ਕਸਾਈ ਆ ਟੋਟੇ ਟੋਟੇ ਕਰ ਦੂ ਸੜੀ ਦੇ ਤੇ ਇੰਨੇ ਟੋਟੇ ਕਰੂੰ ਵੀ ਗਿਣੇ ਨਹੀਂ ਜਾਣੇ ਇਹ ਇੰਗਲੈਂਡ ਐ ਇੱਥੇ ਗਊਆਂ ਰੋਜ਼ ਵੱਡੀਆਂ ਵੀ ਜਾਂਦੀਆਂ ਨੇ ਤੇ ਖਾਧੀਆਂ ਵੀ ਜਾਂਦੀਆਂ ਨੇ ਇੰਡੀਆ ਨਹੀਂ ਇਹ ਵੀ ਗਊ ਮਾਤਾ ਦੇ ਨਾਂ ਤੇ ਬੰਦੇ ਕਤਲ ਕੀਤੇ ਜਾਣਗੇ ਸਮਝੀ ਆਪਣੀ ਔਕਾਤ ਚਰੇ ਜੁੱਤੀਆਂ ਤੂੰ ਮੇਰੇ ਪੈਰ ਦੀ ਆਖ ਕਿਉਂ ਨੇ ਮੇਰਾ ਸਿਰ ਕੰਧ ਚ ਮਾਰਿਆ ਜਿੱਦਣੇ ਜੁੱਤੀ ਤੇਰੇ ਸਿਰ ਤੇ ਪਈ ਤੇਰੀ ਸੁਰਤ ਟਿਕਾਣੇ ਆਜੂ ਮੈਂ ਦਰਦ ਨਾਲ কুরਲਾਈ ਤੇ ਫੇਰ ਮੇਰੇ ਪਤੀ ਨੇ ਮੈਨੂੰ ਕੁੱਟਣ 'ਚ ਕੋਈ ਕਸਰ ਨਹੀਂ ਛੱਡੀ ਇਸ ਕੰਮ 'ਚ ਮੇਰੀ ਸੱਸ ਨੇ ਵੀ ਪੂਰਾ ਸਾਥ ਦਿੱਤਾ ਉਹਦਾ ਮੇਰੇ ਪਤੀ ਹੱਥੋਂ ਮੈਨੂੰ ਕੁੱਟ ਪੈਂਦੀ ਵੇਖ ਕੇ ਮੇਰੀ ਸੱਸ ਬਹੁਤ ਖੁਸ਼ ਹੁੰਦੀ ਸੀ ਸਾਨੂੰ ਆਪਸ 'ਚ ਲੜਾਉਣਾ ਜਿਵੇਂ ਉਹਦਾ ਮਨੋਰੰਜਨ ਹੁੰਦਾ ਸੀ ਓਵੇਂ ਜਿਵੇਂ ਕੋਈ ਨਿਰਦਈ ਬੰਦਾ ਦੋ ਕੁੱਕੜਾਂ ਜਾਂ ਹੋਰ ਜਾਨਵਰਾਂ ਨੂੰ ਆਪਸ 'ਚ ਲੜਾ ਕੇ ਦੇਖ ਖੁਨਮ ਖੁਨੀ ਹੁੰਦਾ ਦੇਖ ਕੇ ਖੁਸ਼ ਹੁੰਦਾ ਚੁਗਲੀਆਂ ਕਰਕੇ ਉਹ ਦਿਨ ਰਾਤ ਪੁੱਤ ਦੇ ਕੰਨ ਭਰਦੀ ਦਿਨੇ ਚੰਗੀ ਭਲੀ ਹੁੰਦੀ ਬਾਜ਼ਾਰਾਂ ਚ ਘੁੰਮਦੀ ਫਿਰਦੀ ਸ਼ਾਮ ਨੂੰ ਜਦੋਂ ਪੁੱਤ ਦੇ ਘਰ ਮੁੜਨ ਦਾ ਟਾਈਮ ਹੁੰਦਾ ਹਾਈ ਹਾਈ ਕਰਨ ਲੱਗ ਜਾਂਦੀ ਫਫੇ ਕੁੱਟਣੀ ਸਾਰਾ ਦਿਨ ਜੀਬ ਮੂਤਦੀ ਸੀ ਉਹਦੀ ਭਾਂ ਭਾਂ ਦੇ ਖਾਣੇ ਖਾਂਦੀ ਪਰ ਰਾਤ ਨੂੰ ਢਿੱਡ ਦੁਖਣ ਲੱਗ ਜਾਂਦਾ ਸੀ ਉਹਦਾ ਪੁੱਤ ਮੇਰੇ ਐਸਟੀਡੀ ਹੋ ਗਈ ਮੇਰੇ ਗੋਡੇ ਦੁਖਦੇ ਆ ਮੇਰਾ ਢਿੱਡ ਦੁਖਦਾ ਹੈ ਮੇਰੇ ਕੁਛ ਨਹੀਂ ਪੱਚਦਾ ਉਹ ਆਪਣੇ ਪੁੱਤ ਸਾਹਮਣੇ ਨਟੰਕੀ ਕਰਦੀ ਤੇ ਉਹ ਵੀ ਮਾਂ ਦਾ ਸੱਚਾ ਸੇਵਾਦਾਰ ਬਣ ਕੇ ਉਹਦੇ ਹੱਥ ਪੈਰ ਘੁੱਟਦਾ ਸਿਰ ਦਬਦਾ ਗੋਡਿਆਂ ਦੀ ਮਾਲਿਸ਼ ਕਰਦਾ ਅਧੀ ਰਾਤ ਤੱਕ ਉਹਦੀ ਸੇਵਾ 'ਚ ਲੱਗਿਆ ਰਹਿੰਦਾ ਆਪਣੀ بیوی ਤੇ ਬੱਚਿਆਂ ਵੱਲ ਵੇਖਦਾ ਵੀ ਨਹੀਂ ਸੀ ਤੇ ਮੈਂ ਹਰ ਵੇਲੇ ਕਿਸੇ ਨੌਕਰ ਵਾਂਗ ਉਹਨਾਂ ਦੀ ਸੇਵਾ 'ਚ ਲੱਗੀ ਰਹਿੰਦੀ ਸਾਰਾ ਗੋਲੀ ਧੰਦਾ ਕਰਦੀ ਪਰ ਉਹਨਾਂ ਨੂੰ ਥੇਲੇ ਦੀ ਵੀ ਕਦਰ ਨਹੀਂ ਸੀ ਉਹਨਾਂ ਦੀ ਜੁੱਤੀ ਨੂੰ ਵੀ ਯਾਦ ਨਹੀਂ ਸੀ ਵੀ ਕੋਈ ਇਨਸਾਨ ਉਹਨਾਂ ਦੇ ਘਰ 'ਚ ਜਾਨਵਰਾਂ ਤੋਂ ਵੀ ਬੁਰਾ ਜੀਵਨ ਬਤਾ ਰਿਹਾ ਸੀ। ਉਹਨਾਂ ਨੂੰ ਤਾਂ ਸਿਰਫ ਆਪਣਾ ਸੁੱਖ ਚਾਹੀਦਾ ਸੀ ਤੇ ਸਭ ਕਾਸੇ 'ਚ ਮੇਰੀ ਸੱਸ ਦਾ ਮੁੱਖ ਹੱਥ ਸੀ। ਉੱਚੋਂ ਦੀ ਨਹੀਂ ਸੀ ਕਿ ਘਰ 'ਚ ਮੇਰੇ ਪੈਰ ਲੱਗਣ। ਜੇ ਉਹਦਾ ਵਾਸ ਚੱਲਦਾ ਤਾਂ ਸਾਡੇ ਪਤੀ-ਪਤਨੀ ਦੇ ਵਿੱਚ ਘਰ ਬੈੱਡ 'ਚ ਸੌਂਦੀ ਪਰ ਇੰਨਾ ਕੋਲਾ ਤਾਂ ਰੱਖਣਾ ਹੀ ਪੈਂਦਾ ਸੀ। ਕਹਿੰਦੇ ਨੇ ਕਈ ਮਸਲੇ ਰੱਬ ਵੀ ਹੱਲ ਕਰ ਦਿੰਦਾ ਹੈ। ਇੱਕ ਦਿਨ ਸੁੱਤੀ ਪਈ ਰਹਿ ਗਈ ਮੇਰੀ ਸੱਸ। ਮੈਨੂੰ ਉਹਦੇ ਮਰਨ ਤੇ ਭੋਰਾ ਦੁੱਖ ਨਹੀਂ ਹੋਇਆ ਬੜਿਕ ਪੱਤੀ ਤੇ ਚੰਦਰੀ ਬੁੜੀ ਸੀ ਉਹ ਮੈਨੂੰ ਲੱਗਿਆ ਜਿਵੇਂ ਕੋਈ ਮੇਰਾ ਦੁਸ਼ਮਣ ਮਰਿਆ ਹੋਵੇ ਜਿਉਂਦੇ ਜੀ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਸੀ ਉਹਨੇ ਪਰ ਸ਼ਾਇਦ ਮਰਨ ਪਿੱਛੋਂ ਵੀ ਮੇਰਾ ਖਹਿੜਾ ਨਹੀਂ ਛੱਡ ਰਹੀ ਸੀ ਉਹ ਮੇਰਾ ਪਤੀ ਹੁਣ ਮੈਨੂੰ ਹੀ ਉਹਦੀ ਮੌਤ ਦਾ ਕਾਰਨ ਦੱਸਦਾ ਸੀ ਤੂੰ ਮੇਰੀ ਮਾਂ ਦੀ ਸੇਵਾ ਨਹੀਂ ਕੀਤੀ ਤੜਫਾ ਤੜਫਾ ਕੇ ਮਾਰਿਆ ਉਹਨੂੰ ਉਹਦੇ ਨਾਲ ਹਰ ਵੇਲੇ ਲੜਦੀ ਸੀ ਤੂੰ ਖਾਣ ਪੀਣ ਨੂੰ ਨਹੀਂ ਦਿੰਦੀ ਸੀ ਕੁਛ ਵਿਚਾਰੀ ਨੂੰ ਗੰਦੀ ਨੂੰ ਆਕੇ ਆਣ ਕਰਕੇ ਮੇਰੀ ਮਾਂ ਗਮ ਖਾ ਗਈ ਤੇਰਾ ਦੁੱਖ ਖਾ ਗਿਆ ਉਹਨੂੰ ਉਹ ਸ਼ਰਾਬੀ ਕੇ ਮੈਨੂੰ ਗਾਲਾਂ ਕੱਢਦਾ ਤੇ ਜੇ ਮੈਂ ਤੇਰੀ ਮਾਂ ਮਾਰੀ ਐ ਤਾਂ ਜਾ ਕੇ ਕਤਲ ਦਾ ਮੁਕੱਦਮਾ ਕਰ ਦੇ ਮੇਰੇ ਤੇ ਆਪੇ ਭੁਗਤ ਲੂ ਮੈਂ ਹਾਰ ਕੇ ਮੈਂ ਇੱਕ ਦਿਨ ਕਹਿ ਹੀ ਦਿੱਤਾ ਤੇ ਉਹ ਸਾਡੀ ਲੜਾਈ ਜਾਂ ਰਿਸ਼ਤੇ ਦਾ ਆਖਰੀ ਦਿਨ ਸੀ ਨਿਕਲ ਜਾ ਮੇਰੇ ਘਰੋਂ ਕਮ ਜਾ ਤੇ ਮੇਰੀ ਮਰੀ ਮਾਂ ਦੀ ਆਤਮਾ ਨੂੰ ਦੁੱਖ ਪਹੁੰਚਾ ਰਹੀ ਐ ਤੂੰ ਉਹ ਗਰਜ ਮਰੀ ਹੋਈ ਮਾਂ ਦੀ ਆਤਮਾ ਦੀ ਤਾਂ ਫਿਕਰ ਐ ਤੈਨੂੰ ਪਰ ਆਪਣੀ ਜਿਉਂਦੀ ਜਾਗਦੀ ਪਤਨੀ ਤੇ ਔਲਾਦ ਬਾਰੇ ਕੋਈ ਫਰਜ਼ ਨਹੀਂ ਤੇਰਾ ਤੰਗ ਆ ਚੁੱਕੀ ਹਾਂ ਮੈਂ ਤੇਰੇ ਰੋਜ਼-ਰੋਜ਼ ਦੇ ਕੰਜਰ ਕਲੇਸ਼ ਤੋਂ ਇਹੋ ਜੀ ਗੰਦੀ ਜ਼ਿੰਦਗੀ ਨਾਲੋਂ ਜਾਨੋ ਮਾਰ ਦੇ ਮੈਨੂੰ ਮੈਂ ਵੀ ਗਰਜੀ ਚੱਲ ਠੀਕ ਹੈ ਫਿਰ ਅੱਜ ਤੋਂ ਬਾਅਦ ਤੂੰ ਮੇਰੀ ਦੇਲੀ ਤੇ ਪੈਰ ਨਾ ਰੱਖੀ ਗੈਟ ਲੌਸਟ ਗੋ ਟੂ ਹਾਲ ਲੀਵ ਮੀ ਅਲੋਨ ਉਹਨੇ ਮੈਨੂੰ ਘਰੋਂ ਬਾਹਰ ਧੱਕਾ ਦਿੱਤਾ ਘਰ ਅੰਦਰ ਮੇਰੇ ਬੱਚੇ ਦੋਵੇਂ ਹੀ ਰੋ ਰਹੇ ਸੀ ਸ਼ਾਇਦ ਉਹ ਉਹਨਾਂ ਨੂੰ ਵੀ ਘੁੱਟ ਰਿਆ ਸੀ ਪਰ ਮੈਂ ਆਪਣਾ ਦਿਲ ਕਰੜਾ ਕੀਤਾ ਨਾ ਮੇਰੇ ਸਿਰ ਤੇ ਚੁੰਨੀ ਨਾ ਪੈਰਾਂ 'ਚ ਜੁੱਤੀ ਪਤਾ ਨਹੀਂ ਕਿੱਥੋਂ ਇੰਨੀ ਤਾਕਤ ਆਈ ਮੇਰੇ 'ਚ ਕਿ ਮੈਂ ਉਸੇ ਹਾਲਤ 'ਚ ਸੜਕ ਤੇ ਤੁਰ ਪਈ ਸਾਰੀ ਰਾਤ ਨੰਗੇ ਪੈਰ ਨੰਗੇ ਸਿਰਨਜਾਨ ਸੜਕਾਂ ਤੇ ਘੁੰਮਦੀ ਰਹੀ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਮੇਰਾ ਦਿਮਾਗ ਸੁਨ ਸੀ ਮੇਰੇ ਘਰ 'ਚੋਂ ਹੀ ਮੈਨੂੰ ਧੱਕੇ ਮਾਰ ਕੇ ਕੱਢਿਆ ਗਿਆ ਸੀ ਜਿਹੜਾ ਘਰ ਮੈਂ ਪੰਛੀਆਂ ਵਾਂਗੂ ਕਿ ਤਣਕਾ ਜੋੜ ਕੇ ਬਣਾਇਆ ਸੀ ਅੱਜ ਖੇਰੂ ਖੇਰੂ ਹੋ ਗਿਆ ਸੀ ਤੇਜ਼ ਹਨੇਰੀਆਂ ਨੇ ਉਹਨੂੰ ਤਬਾਹ ਕਰਤਾ ਸੀ ਬਰਬਾਦ ਹੋ ਗਈ ਸੀ ਉੱਜੜ ਗਈ ਸੀ ਮੇਰੀ ਦੁਨੀਆ ਤੇ ਸਭ ਕਾਸੇ ਲਈ ਮੈਂ ਹੀ ਦੋਸ਼ੀ ਮੰਨੀ ਜਾ ਰਹੀ ਸੀ ਕਈ ਸਵਾਲ ਮੇਰੇ ਦਿਮਾਗ ਚ ਉੱਠ ਰਹੇ ਸੀ ਕਿ ਮੇਰਾ ਜਨਮ ਸਿਰਫ ਕੁੱਟਾਂ ਮਾਰਾਂ ਖਾਣ ਲਈ ਹੋਇਆ ਸੀ ਸਿਰਫ ਸ਼ਹੀਦੀਆਂ ਦੇਣ ਲਈ ਪੈਦਾ ਹੋਈ ਸੀ ਮੈਂ ਕਦੇ ਕੁਰਬਾਨੀ ਦੀ ਪੁਤਲੀ ਕਦੇ ਬਲੀ ਦੀ ਬੱਕਰੀ ਕਦੇ ਕਿਸੇ ਕਸਾਈ ਦੇ ਬਾੜੇ ਦੀ ਸੇਲ ਗਊ ਕਿ ਮੇਰੀ ਮਾਂ ਨੇ ਮੈਨੂੰ ਇਸੇ ਕੰਮ ਲਈ ਪੈਦਾ ਕੀਤਾ ਸੀ ਮੇਰਾ ਦਿਲ ਉਹ ਦਿਮਾਗ ਜਿਵੇਂ ਚੜਾੰਦਾ ਇੱਕ ਨਵਾਂ ਯੁੱਧ ਸ਼ੁਰੂ ਹੋ ਗਿਆ ਸੀ। ਮੇਰੀ ਕਾਲੀ ਬੋਲੀ ਰਾਤ ਚ ਪਤਾ ਨਹੀਂ ਕਿੱਥੋਂ ਮੇਰੇ ਮਨ ਅੰਦਰ ਰੌਸ਼ਨੀ ਦੀ ਲੋ ਪੈਦਾ ਹੋ ਰਹੀ ਸੀ। ਕਿੱਥੋਂ ਮੇਰੇ ਚ ਇਹ ਨਾ ਹੌਸਲਾ ਤੇ ਹਿੰਮਤ ਆ ਗਈ ਕਿ ਮੈਂ ਤੂਫਾਨਾਂ ਨਾਲ ਭਰਿਆ ਇੱਕ ਚਨਾ ਇਕੱਲਿਆਂ ਤੈਰਨ ਦਾ ਫੈਸਲਾ ਕਰ ਲਿਆ। ਇਹੋ ਜਾਂ ਚਨਾ ਜੀ ਦੇ ਦੂਜੇ ਕੰਡੇ ਦਾ ਨਾਂ ਤਾਂ ਕੋਈ ਮਹੀਵਾਲ ਖੜਾ ਮੇਰੀ ਉਡੀਕ ਕਰ ਰਿਹਾ ਸੀ ਤੇ ਨਾ ਹੀ ਮੇਰੇ ਕੋਲ ਕੋਈ ਖੜਾ ਸੀ। ਕੱਚਾ ਜਾਂ ਪੱਕਾ ਪਰ ਮੈਂ ਬਗੈਰ ਸੋਚੇ ਸਮਝੇ ਕਾਲੀਆਂ ਭਿਆੰਕਰ ਤੂਫਾਨੀ ਲਹਿਰਾਂ 'ਚ ਛਾਲ ਮਾਰ ਦਿੱਤੀ ਡੁੱਬਣ ਦਾ ਪੂਰਾ ਖਤਰਾ ਸੀ ਹੱਥ ਪੈਰ ਮਾਰਨ ਲੱਗੀ ਮੈਂ ਤੈਰਨਾ ਮੈਨੂੰ ਆਉਂਦਾ ਨਹੀਂ ਸੀ ਪਰ ਮੈਂ ਘਬराई ਨਹੀਂ ਹੌਲੀ ਹੌਲੀ ਲਹਿਰਾਂ ਨਾਲ ਲੜਦੀ ਤਪੇੜੇ ਖਾਂਦੀ ਕੰਡੇ ਜਾਂ ਲੱਗੀ ਕਹਿੰਦੇ ਨੇ ਕਈ ਕਿਸ਼ਤੀਆਂ ਦੇ ਮਲਾ ਨਹੀਂ ਹੁੰਦੇ ਪਰ ਉਹ ਫੇਰ ਵੀ ਪਾਰ ਲੱਗ ਜਾਂਦੀਆਂ ਨੇ ਦਿਨ ਚੜ੍ਹਿਆ ਤਾਂ ਸੂਰਜ ਜਿਵੇਂ ਮੇਰੇ ਲਈ ਜ਼ਿੰਦਗੀ ਦਾ ਇੱਕ ਨਵਾਂ ਸੁਨੇਹਾ ਲੈ ਕੇ ਆਇਆ ਮੈਂ ਸਿੱਧੀ ਉਸ ਰੈਸਟੋਰੈਂਟ 'ਚ ਚਲੇ ਗਈ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਜਾ ਕੇ ਮੈਂ ਆਪਣੀ ਸਾਰੀ ਕਹਾਣੀ ਆਪਣੇ ਬਜ਼ੁਰਗ ਬੌਸ ਨੂੰ ਸੁਣਾਈ ਉਹ ਮੈਨੂੰ ਆਪਣੀ ਧੀਆ ਵਾਂਗ ਸਮਝਦਾ ਸੀ ਉਹਨੇ ਮੈਨੂੰ ਤੁਰੰਤ ਆਪਣੇ ਘਰ 'ਚ ਕਮਰਾ ਰਹਿਣ ਲਈ ਦੇ ਦਿੱਤਾ ਉਹਦੀ ਪਤਨੀ ਕਾਫੀ ਬਿਮਾਰ ਰਹਿੰਦੀ ਸੀ ਮੈਂ ਦੋਵਾਂ ਦੀ ਮਾਪਿਆਂ ਵਾਂਗ ਸੇਵਾ ਕਰਨ ਲੱਗੀ ਸਿਰ ਤੇ ਛੱਤ ਮਿਲ ਗਈ ਸੀ ਮੈਨੂੰ ਹੋਰ ਕੀ ਚਾਹੀਦਾ ਸੀ ਪਰ ਮੇਰੇ ਪਤੀ ਤੋਂ ਮੇਰੀ ਆਜ਼ਾਦੀ برداشت ਨਾ ਹੋਈ ਉਹ ਮੇਰੇ ਕੰਮ ਵਾਲੀ ਥਾਂ ਤੇ ਆ ਕੇ ਰੋਜ਼ ਤਮਾਸ਼ੇ ਕਰਦਾ ਮਾਲਕਾਂ ਨੂੰ ਤਬਕੀਆਂ ਦਿੰਦਾ ਮੇਰੇ ਤੇ ਗੰਦੇ ਮੰਦੇ ਦੋਸ਼ ਲਾਉਂਦਾ ਮੈਨੂੰ ਚਰਿੱਤਰਹੀਣ ਦੱਸਦਾ ਰੈਸਟੋਰੈਂਟ ਬੰਦ ਕਰਾਉਣ ਦੇ ਡਰਾਵੇ ਦਿੰਦਾ ਕਿ ਉੱਥੇ ਕੁੜੀਆਂ ਤੋਂ ਧੰਦਾ ਕਰਾਇਆ ਜਾ ਰਿਹਾ ਹੈ ਆਪਣੇ ਮਾਪਿਆਂ ਵਰਗੇ ਬਜ਼ੁਰਗ ਮਾਲਕਾਂ ਦੀ ਇੱਜ਼ਤ ਦਾ ਖਿਆਲ ਕਰਕੇ ਮੈਂ ਖੁਦ ਹੀ ਉੱਥੋਂ ਕੰਮ ਛੱਡਣ ਦਾ ਫੈਸਲਾ ਕਰ ਲਿਆ ਮੈਂ ਸੋਚਿਆ ਇਸੇ ਚੀਜ਼ ਸਭ ਦੀ ਭਲਾਈ ਸੀ ਫਿਰ ਮੈਂ ਕਿਸੇ ਹੋਰ ਦੁਕਾਨ 'ਚ ਕੰਮ ਲੱਭ ਲਿਆ ਪਰ ਉਹ ਰਾਖਸ਼ ਮੇਰਾ ਪਿੱਛਾ ਕਰਦਾ ਉੱਥੇ ਵੀ ਪਹੁੰਚ ਗਿਆ ਤੇ ਮੈਨੂੰ ਕੰਮ ਛੱਡਣਾ ਪਿਆ ਇਸ ਤਰ੍ਹਾਂ ਬਾਰ-ਬਾਰ ਹੋਣ ਲੱਗਾ ਮੈਂ ਜਿੱਥੇ ਵੀ ਜਾਂਦੀ ਉਹ ਪ੍ਰੇਤ ਵਾਂਗ ਉੱਥੇ ਪਹੁੰਚ ਜਾਂਦਾ ਅਗਲੀ ਕਿਸੇ ਮੁਸੀਬਤ 'ਚ ਪੈਣ ਦੀ ਬਜਾਏ ਮੈਨੂੰ ਹੀ ਕੰਮ ਤੋਂ ਜਵਾਬ ਦੇ ਦਿੰਦੇ ਪਤਾ ਨਹੀਂ ਕਿੰਨੀ ਵਾਰੀ ਮੈਂ ਇਸ ਗੱਲ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਹੁਣੀ ਹੈ ਪਰ ਹਰ ਵਾਰੀ ਉਹਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਂਦਾ ਕਈ ਵਾਰ ਮੈਂ ਸੋਸ਼ਲ ਸਰਵਿਸਿਜ਼ ਵਾਲੇ ਅੰਕਲ ਗਈ ਕਿ ਮੈਨੂੰ ਮੇਰੇ ਬੱਚੇ ਦਿਲਾਏ ਜਾਣ ਰਹਿਣ ਲਈ ਘਰ ਦਿੱਤਾ ਜਾਏ ਪਰ ਉੱਥੋਂ ਵੀ ਕੁਝ ਨਹੀਂ ਮਿਲਦਾ ਸੀ ਸਿਰਫ ਸਲਾਮ ਮਸ਼ਵਰੇ ਤੋਂ ਕਿ ਉਹਨਾਂ ਦੀ ਵੇਟਿੰਗ ਲਿਸਟ ਬਹੁਤ ਲੰਮੀ ਸੀ ਘਰ ਮਿਲਣ 'ਚ ਮੈਨੂੰ ਕਈ ਸਾਲ ਲੱਗ ਜਾਣਗੇ ਮੇਰੇ ਬੱਚੇ ਮੈਨੂੰ ਮਿਲ ਨਹੀਂ ਸਕਦੇ ਸੀ ਕਿਉਂਕਿ ਮੇਰੇ ਪਤੀ ਨੇ ਅਦਾਲਤ 'ਚ ਮੈਨੂੰ ਬਦ ਚਲਣ ਦੱਸ ਕੇ ਉਹਨਾਂ ਦੀ ਕਸਟਡੀ ਖੁੱਦ ਲੈ ਲਈ ਸੀ ਪੂਰੇ ਸ਼ਹਿਰ 'ਚ ਮੈਨੂੰ ਹੀ ਕਵਾਰਾਂ ਤੇ ਨੀਚ عورت ਵਜੋਂ ਬਦਨਾਮ ਕਰ ਦਿੱਤਾ ਸੀ ਉਹਨੇ ਜੇ ਮੈਂ ਕਿਸੇ ਮਰਦ ਨਾਲ ਗੱਲ ਵੀ ਕਰ ਲੈਂਦੀ ਤਾਂ ਉਹਨੂੰ ਮੇਰਾ ਯਾਰ ਦੱਸਦਾ ਸੀ ਹਾਰ ਕੇ ਮੈਂ ਉਹ ਸ਼ਹਿਰ ਛੱਡਣ ਦਾ ਫੈਸਲਾ ਕਰ ਲਿਆ ਦੂਰ ਕਿਸੇ ਹੋਰ ਥਾਂ ਜਾ ਕੇ ਆਪਣੀ ਜ਼ਿੰਦਗੀ ਦੀ ਗੱਡੀ ਰੇੜਨ ਦਾ ਮਨ ਬਣਾਇਆ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਕਿੱਥੇ ਜਾ ਰਹੀ ਆਪਣੇ ਆਪ ਨੂੰ ਦੁਨੀਆ ਤੋਂ ਛੁਪਾ ਕੇ ਕਿਸੇ ਗੁਪਤ ਥਾਂ ਤੇ ਰਹਿਣ ਲੱਗ ਪਈ ਮੈਂ ਕਿਸੇ ਪੁਰਾਣੇ ਜਾਣੂ ਨਾਲ ਕੋਈ ਸੰਪਰਕ ਨਹੀਂ ਰੱਖਿਆ ਤਾਂ ਕਿ ਮੇਰੇ ਪਤੀ ਨੂੰ ਮੇਰੇ ਬਾਰੇ ਕੋਈ ਸੂਹ ਨਾ ਮਿਲੇ ਵੈਸੇ ਵੀ ਸਾਡੇ ਜਾਣੂ ਤੇ ਰਿਸ਼ਤੇਦਾਰ ਹੁਣ ਮੈਨੂੰ ਨੀਵੀਂ ਨਜ਼ਰ ਨਾਲ ਵੇਖਦੇ ਸੀ ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਲੱਗ ਗਈ ਸੀ ਜੋ ਉਹਨਾਂ ਨੂੰ ਵੀ ਲੱਗ ਸਕਦੀ ਸੀ ਸੋ ਮੇਰੇ ਨੇੜੇ ਨਹੀਂ ਆਉਣਾ ਚਾਹੁੰਦੇ ਸੀ ਮੈਂ ਕਿਸੇ ਤੋਂ ਕੋਈ ਉਮੀਦ ਵੀ ਨਹੀਂ ਰੱਖਦੀ ਸੀ ਕਦੀ ਸ਼ੁਰੂ-ਸ਼ੁਰੂ ਚ ਆਪਣੇ ਮਾਪਿਆਂ ਤੇ ਭੈਣ-ਭਰਾਵਾਂ ਨੂੰ ਆਪਣੀ ਮੰਦੀ ਹਾਲਤ ਬਾਰੇ ਖੱਤ ਲਿਖੇ ਸਨ ਪਰ ਉਹਨਾਂ ਨੇ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਜਦੋਂ ਆਪਣੇ ਸੱਕੇ ਹੀ ਕੰਮ ਨਹੀਂ ਆਏ ਤਾਂ ਫਿਰ ਪਰਾਇਆਂ ਤੋਂ ਕੀ ਆਸ ਰੱਖਣੀ ਸੀ ਮੈਂ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ ਜਿਹੋ ਜਿਹਾ ਵੀ ਕੰਮ ਮਿਲਿਆ ਮੈਂ ਕਰਨ ਲੱਗ ਪਈ ਭਾਵੇਂ ਕਿਸੇ ਹੋਟਲ ਚ ਕਲੀਨਿੰਗ ਦਾ ਹੋਵੇ ਜਾਂ ਫਿਰ ਕਿਸੇ ਰੈਸਟੋਰੈਂਟ ਚ ਭਾਂਡੇ ਮਾਂਜਣ ਦਾ ਆਪਣੀ ਪੜ੍ਹਾਈ ਦਾ ਮਾਣ ਛੱਡ ਦਿੱਤਾ ਸੀ ਮੈਂ ਇਸ ਮੁਲਕ ਦੀ ਸੱਚਾਈ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸੀ ਕਿ ਜਿੰਨਾ ਮਰਜ਼ੀ ਪੜ੍ਹ ਲਿਖ ਕੇ ਆਉ ਪਰ ਇੱਥੇ ਤੁਹਾਨੂੰ ਸਿਰਫ ਮਜ਼ਦੂਰੀ ਕਰਨ ਨੂੰ ਮਿਲੇਗੀ ਉਹ ਕੰਮ ਮਿਲਣਗੇ ਜਿਨ੍ਹਾਂ ਨੂੰ ਅੰਗਰੇਜ਼ ਹੱਥ ਨਹੀਂ ਲਾਉਂਦੇ ਫਿਰ ਮੈਂ ਤਾਂ ਇੱਕ ਔਰਤ ਸੀ ਉਹ ਵੀ ਇੱਕ ਕਾਲੀ ਔਰਤ ਇੱਕ ਕਰੇਲੀ ਦੂਜੀ ਨਿੰਮ ਚੜੀ ਦੁਗਣੀ ਦੋਸ਼ਣ ਮੈਨੂੰ ਤਾਂ ਕੋਈ ਦੇਖ ਕੇ ਵੀ ਰਾਜ਼ੀ ਨਹੀਂ ਸੀ ਨਾ ਘਰ 'ਚ ਨਾ ਤੇ ਬਾਹਰ ਇੱਕ ਦੇਸੀ ਔਰਤ ਦੀ ਕੀ ਔਕਾਤ ਸੀ ਗੋਰਿਆਂ ਦੇ ਮੁਲਕ 'ਚ ਸਾਡਾ ਤਾਂ ਆਪਣਾ ਸਮਾਜ ਹੀ ਨਹੀਂ ਸਾਡੀ ਕਦਰ ਕਰਦਾ ਜੇ ਮੈਂ ਗੋਰੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਮੇਰੇ ਜਨਮ ਤੋਂ ਪਹਿਲਾਂ ਹੀ ਮੈਨੂੰ ਮਾਰਨ ਦੀਆਂ ਖੂਨੀ ਸਾਜ਼ਿਸ਼ਾਂ ਨਾ ਘੜੀਆਂ ਜਾਂਦੀਆਂ ਮੈਨੂੰ ਮਾਂ ਦੀ ਕੁੱਖ ਚ ਦਫ਼ਨ ਨਾ ਕੀਤਾ ਜਾਂਦਾ ਮੇਰੇ ਜੰਮਣ ਤੇ ਅਫਸੋਸ ਨਾ ਮਨਾਏ ਜਾਂਦੇ ਪੂਰੀ ਜ਼ਿੰਦਗੀ ਮੈਨੂੰ ਮੁੰਡਿਆਂ ਮੁਕਾਬਲੇ ਦੂਜੇ दर्जे ਦਾ ਜੀਵ ਨਾ ਸਮਝਿਆ ਜਾਂਦਾ ਜਾਨਵਰਾਂ ਵਾਂਗ ਮੇਰਾ ਰੱਸਾ ਕਿਸੇ ਕसाई ਦੇ ਹੱਥ ਨਾ ਫੜਾਇਆ ਜਾਂਦਾ ਸਮਾਜ ਤੇ ਬੋਝ ਨਾ ਸਮਝੀ ਜਾਂਦੀ ਮੈਂ ਮੇਰੇ ਸਾਹ ਨਾ ਰੋਕੇ ਜਾਂਦੇ ਮੇਰੇ ਸੁਪਨਿਆਂ ਦਾ ਕਤਲ ਨਾ ਹੁੰਦਾ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੁੰਦਾ ਮੈਨੂੰ ਆਪਣਾ ਜੀਵਨ ਸਾਥੀ ਆਪ ਚੁਣਨ ਦਾ ਅਧਿਕਾਰ ਹੁੰਦਾ ਮੇਰੇ ਕੋਲ ਭੇਡਾਂ ਬੱਕਰੀਆਂ ਵਾਂਗ ਕਿਸੇ ਦੇ ਲੜ ਲਾ ਕੇ ਨਾ ਤੋਰੀ ਜਾਂਦੀ ਵਿਆਹ ਵਰਗਾ ਪਵਿੱਤਰ ਰਿਸ਼ਤਾ ਪੈਰਾਂ ਦੀਆਂ ਬੇੜੀਆਂ ਨਾ ਬਣਦਾ ਤੇ ਮੰਗਲ ਸੂਤਰ ਮੇਰੇ ਗਲ ਦਾ ਫਾਹਾਂ ਨਾ ਹੁੰਦਾ ਜਿਹਨੂੰ ਇੱਕ ਵਾਰੀ ਗਲ 'ਚ ਪਾਉਣ ਕਿਛੋਂ ਮੈਂ ਜਿਉਂਦੇ ਜੀ ਲਾ ਕੇ ਸੁੱਟ ਨਹੀਂ ਸਕਦੀ ਸੀ ਤਲਾਕ ਮੇਰੇ ਲਈ ਸ਼ਰਾਪ ਨਾ ਹੁੰਦਾ ਮੇਰੀ ਸੋਚ ਤੇ ਪੈਰੇ ਨਾ ਲੱਗਦੇ ਜੋ ਚੌਂਦੀ ਪਹਿਨਦੀ ਤੇ ਹੰਡਾਉਂਦੀ ਮੇਰੇ ਜਨਮ ਤੋਂ ਲੈ ਕੇ ਮਰਨ ਤੱਕ ਪੂਰੀ ਜ਼ਿੰਦਗੀ ਦੌਰਾਨ ਦੂਜੇ ਮੇਰੇ ਲਈ ਫੈਸਲੇ ਨਾ ਕਰਦੇ ਮੈਨੂੰ ਆਪਣੇ ਫੈਸਲੇ ਖੁਦ ਲੈਣ ਦਾ ਹੱਕ ਹੁੰਦਾ ਧਰਮ ਗ੍ਰੰਥਾਂ ਦੇ ਹਵਾਲੇ ਦੇ ਕਿ ਹਰ ਵळे ਮੈਨੂੰ ਪੁੱਠੀਆਂ ਸਿੱਧੀਆਂ ਨਸੀਤਾਂ ਨਾ ਦਿੱਤੀਆਂ ਜਾਂਦੀਆਂ ਸਤੀ ਸਵਿਤਰੀ ਬਣਨ ਦੇ ਉਪਦੇਸ਼ ਨਾ ਸੁਣਨੇ ਪੈਂਦੇ ਦੁਨੀਆ ਦਾ ਡਰ ਦਿਖਾ ਕੇ ਘਰ ਚ ਕੈਦ ਨਾ ਰੱਖਿਆ ਜਾਂਦਾ ਮੁੰਡਿਆਂ ਵਾਂਗ ਮੇਰੀ ਪਰਵਰਿਸ਼ ਚ ਵੀ ਕੋਈ ਕਮੀ ਨਾ ਰੱਖੀ ਜਾਂਦੀ ਮੈਨੂੰ ਵੀ ਪੁੱਤਾਂ ਵਾਂਗ ਮਾਂ ਦਾ ਦੁੱਧ ਪੀਣ ਤੇ ਲੋਰੀਆਂ ਸੁਣਨ ਨੂੰ ਮਿਲਦੀਆਂ। ਮੇਰੇ ਜੰਮਣ ਤੇ ਪਹਿਲਾਂ ਹੀ ਮੇਰੀਆਂ ਤਕਦੀਰਾਂ ਦੇ ਫੈਸਲੇ ਨਾ ਹੁੰਦੇ। ਮੈਨੂੰ ਇਸ ਨਰਕ 'ਚੋਂ ਨਾ ਲੰਘਣਾ ਪੈਂਦਾ। ਉਹਨਾਂ ਗੁਨਾਹਾਂ ਦੀ ਸਜ਼ਾ ਨਾ ਭੁਗਤਣੀ ਪੈਂਦੀ ਜੋ ਮੈਂ ਕੀਤੀ ਹੀ ਨਹੀਂ। ਪਿਆਰ ਵਰਗੇ ਕੁਦਰਤੀ ਪਨਪਣ ਵਾਲੇ ਰਿਸ਼ਤੇ ਲਈ ਮੈਨੂੰ ਬਦਨਾਮ ਨਾ ਕੀਤਾ ਜਾਂਦਾ। ਮਾਪਿਆਂ ਲਈ ਕਲੰਕ ਨਾ ਬਣਦੀ ਮੈਂ ਤੇ ਨਾਂ ਦੇਸ਼ ਨਿਕਾਲਾ ਮਿਲਦਾ ਮੈਨੂੰ। ਕੁੜੀ ਹੋਣ ਦੀ ਇੰਨੀ ਵੱਡੀ ਸਜ਼ਾ ਨਾ ਮਿਲਦੀ। ਬਾਕੀ ਦੁਨੀਆ ਤੋਂ ਆਦੀਆਂ ਤੋਂ ਡਰਦੀ ਹੈ। ਪਰ ਸਾਡਾ ਤਾਂ ਸਮਾਜ ਹੀ ਅਤਵਾਦੀ ਹੈ ਸਾਨੂੰ ਅਤਵਾਦੀਆਂ ਦੀ ਕੀ ਲੋੜ ਹੈ ਜਿਹਦੇ ਮਗਰ ਲੋਕ ਇੱਕ ਵਾਰੀ ਹੱਥ ਧੋ ਕੇ ਪੈ ਜਾਂਦੇ ਨੇ ਬਸ ਫਿਰ ਅੰਤ ਤੱਕ ਜਾਂਦੇ ਨੇ ਭਾਵੇਂ ਬੰਦਾ ਬੇਕਸੂਰੀ ਹੋਵੇ ਪਰ ਇਹਨਾਂ ਲਈ ਉਹ ਸਭ ਤੋਂ ਵੱਡਾ ਦੋਸ਼ੀ ਹੁੰਦਾ ਹੈ ਖਾਸ ਕਰ ਔਰਤ ਉਹਨੂੰ ਪਾਪਨ ਸਿੱਧ ਕਰਨ ਲਈ ਬਹੁਤੇ ਸਬੂਤਾਂ ਦੀ ਲੋੜ ਨਹੀਂ ਹੁੰਦੀ ਸਿਰਫ ਬਕਵਾਸ ਕਰਨ ਦੀ ਜ਼ਰੂਰਤ ਹੁੰਦੀ ਹੈ ਇਹੋ ਜਿਹੀ ਅਤਵਾਦੀ ਤੋਂ ਕਿਵੇਂ ਬਚੇਗੀ ਕੋਈ ਕਿੰਨਾ ਮੈਂਟਲ ਟੌਰਚਰ ਸਹਿਣਾ ਪੈਂਦਾ ਹੈ ਸਾਨੂੰ ਕਦੇ ਕਿਸੇ ਨੇ ਪੁੱਛਿਆ ਭਲਾ ਕਦੇ ਹਿਸਾਬ ਲਗਾਇਆ ਕਿਸੇ ਨੇ ਕਿੰਨੀਆਂ ਲੰਮੀਆਂ ਸਜਾਵਾਂ ਆਪਣੇ ਘਰ ਚ ਹੀ ਭੋਗਦੀਆਂ ਸੀ ਤੇ ਜੇ ਕਦੇ ਮਦਦ ਮੰਗਣ ਜਾਂਦੀਆਂ ਵੀ ਆ ਤਾਂ ਸਾਨੂੰ ਦਰਕਾਰ ਕੇ ਖਾਲੀ ਹੱਥ ਮੋੜ ਦਿੱਤਾ ਜਾਂਦਾ ਕਿੱਥੇ ਜਾਂਦੀ ਹੈ ਸਾਡੀ ਤਪੱਸਿਆ ਧਿਆਗ ਕੁਰਬਾਨੀ ਕੌਣ ਹੈ ਸਾਡਾ ਅਸਲੀ ਦੋਸ਼ੀ ਉਹ ਇੱਕ ਅਨਪੜ ਗਵਾਰ ਆਦਮੀ ਜਿਹਦੀ ਮਾਂ ਨੇ ਉਹਨੂੰ ਆਪਣੀ ਤੀਵੀਂ ਨੂੰ ਕੁੱਟਣ ਤੋਂ ਇਲਾਵਾ ਹੋਰ ਕੋਈ ਸਿੱਖਿਆ ਨਹੀਂ ਦਿੱਤੀ ਜਾਂ ਫਿਰ ਉਹ ਮਰਦ ਪ੍ਰਧਾਨ ਸਮਾਜ ਜੋ ਇਸੇ ਕੰਮ 'ਚ ਆਪਣੀ ਬਹਾਦਰੀ ਸਮਝਦਾ ਹੈ ਕਿ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਸਮਝਿਆ ਜਾਵੇ ਕਿਹਨੂੰ ਸਜ਼ਾ ਦੇ ਲਾਉਗੇ ਤੁਸੀਂ ਕਿਸੇ ਕਾਤਲ ਨੂੰ ਜਾਂ ਕਤਲ ਕਰਨ ਲਈ ਉਕਸਾਉਣ ਵਾਲੇ ਨੂੰ ਜਾਂ ਫਿਰ ਉਸ ਸਿਸਟਮ ਨੂੰ ਜੋ ਅਜੇ ਖੂਨੀ ਕਾਂਡ ਦੇਖ ਕੇ ਵੀ ਅੱਖਾਂ ਮਿੱਟੀ ਰੱਖਦਾ ਹੈ ਹਸਪਤਾਲ 'ਚ ਡਾਕਟਰਾਂ ਨੇ ਮੈਨੂੰ ਬਹੁਤ ਸਮਝਾਇਆ ਕਿ ਮੈਂ ਪਲਾਸਟਿਕ ਸਰਜਰੀ ਕਰਾ ਲਵਾਂ ਮੇਰੇ ਜ਼ਖਮਾਂ ਦੇ ਨਿਸ਼ਾਨ ਹਮੇਸ਼ਾ ਲਈ ਖਤਮ ਹੋ ਜਾਣਗੇ ਮੇਰੀ ਸ਼ਕਲ ਮੁੜ ਖੂਬਸੂਰਤ ਬਣ ਜਾਏਗੀ ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ ਜ਼ਖਮਾਂ ਦੇ ਨਿਸ਼ਾਨ ਮੈਂ ਮਿਟਣ ਨਹੀਂ ਦੇਣੇ ਇਹ ਨਿਸ਼ਾਨੀਆਂ ਨੇ ਜੋ ਮੈਨੂੰ ਹਮੇਸ਼ਾ ਯਾਦ ਕਰਵਾਉਣਗੇ ਅੰਕ ਕਿ ਮੈਂ ਕੌਣ ਆ ਕਹਿੰਦੇ ਨੇ ਜਿਹਦੇ ਸਰੀਰ ਤੇ ਜਿੰਨੇ ਜ਼ਿਆਦਾ ਜ਼ਖਮਾਂ ਦੇ ਨਿਸ਼ਾਨ ਹੁੰਦੇ ਨੇ ਓਨਾ ਹੀ ਬਹਾਦਰ ਹੁੰਦਾ ਹੈ ਸਰੀਰ ਦੇ ਜ਼ਖਮ ਮਿਟ ਵੀ ਜਾਣਗੇ ਪਰ ਦਿਲ ਦੇ ਦਿਮਾਗ ਤੇ ਲੱਗੇ ਜ਼ਖਮ ਭਰਨੇ ਸੌਖੇ ਨਹੀਂ ਹਾਲੇ ਹੋਰ ਜ਼ਖਮੀ ਹੋਣਾ ਮੈਂ ਮੇਰੀ ਲੜਾਈ ਹਾਲੇ ਬਹੁਤ ਲੰਮੀ ਹੈ ਓਮ ਸਖੀ ਦਾ ਮੂੰਹ ਲਾਲ ਹੋ ਗਿਆ ਸੀ ਸਾਹ ਚੜ ਗਿਆ ਸੀ ਉਹਨੂੰ ਤੇ ਇਸ਼ਾ ਸਾਹਮਣੇ ਅੱਜ ਜਿਵੇਂ ਕੋਈ ਮਾਨਸਿਕ ਰੋਗੜ ਨਹੀਂ ਬੋਲੀ ਸਗੋਂ ਇੱਕ ਜਵਾਲਾਮੁਖੀ ਫਟਿਆ ਸੀ ਜਿਹਦਾ ਗਰਮ ਲਾਵਾ ਉਹਦੇ ਕੰਨਾਂ ਨੂੰ چیرਦਾ ਜਾ ਰਿਹਾ ਸੀ ਧੰਨਵਾਦ